मम्मी किड्डी खुश ही ना, ऐदा ही होना चाहिए ही इन्हां नाल। मैनू तो पहला ही पता ही कि मासी जड़ी है ना हड्डी गां दी चीज है। भाई उन्हें मैनू पहला नहीं ना दसिया, पर किता हाथ उन्हें वड्डा ही मारिया। चल ऊठ ते आया ना पहाड़ दे थले, हुण मम्मी भी करदी हुंदी ना मेरी धी हुण रख धी नूं कोल ते खवा पक्कियां, नाले खावे ओह पक्कियां ते नाले तूं खा भी। हुण बणी गल, इन्हां दी कुड़ी नूं वी ना बड़ा माण ही कि मैं बड़ी पढ़ी लिखी हाँ। पता तो पुत अगले घर जाके लगता कि वह किदा का वै। हुण फसी है ना नशियां वालियां च, ऐदा ही होना चाहिए तेरे नाल। वो तरी फिरदी ही बड़ी। मैं ना इदा करिए भी उहदी शरणी मासी नाल गल करिए आपां। रहन दो ना लाओ, कोई पता नहीं हुंदा। टाइम वधिया मां अज लै आई आवे तां ही पहला ही खलारे पा लईए। मेरी गल सुन, होर वड्डा खलारा की पैणा इत्थों। मुंडा नशा करन डिया वा, कुड़ी घर आ गई आ, कुड़ी रोण डई आ, होर की होणा दस। बेड़ा रोड़ के रखता साडा, जाओ ना कर अपनी नूना गल, उन्हूं कह साधो नूं इत्थे। दस हुण मैं उहनूं शरण नूं वी की कहां, उहदा की कसूर ही इस गल च? उह चाहुंदी सी वी इदां दा लब्भे। ਓਏ ਉਹਦਾ ਕਸੂਰ ਨਹੀਂ, ਆਪਣੀ ਮਾਸੀ ਨੂੰ ਸੱਦੇ, ਉਹਨੂੰ ਪੁੱਛੇ ਕਿਸੇ ਵੀ ਆ ਕੀ ਕੀਤਾ ਸਾਡੇ ਨਾਲ, ਤੇਰਾ ਕੀ ਅਸੀਂ ਦੇਣਾ ਜਿਹੜਾ ਸਾਡੇ ਨਾਲ ਏਡਾ ਮਾੜਾ ਕੰਮ ਕਰ ਗਈ ਆ। ਚੱਲ ਕਹਿ ਕੇ ਵੇਖ ਲੈਂਦੀ, ਓਦਾਂ ਮੈਂ ਨਹੀਂ ਬਹੁਤੀ ਵੱਡੀ ਨਾ ਗੱਲ ਕਰੋ, ਰਹਿਣ ਦੋ ਰੁਕ। ਫਿਰ ਉਹ ਹੀ ਗੱਲ ਵੱਡੀ ਵੱਡੀ, ਜੇ ਅਸੀਂ ਯਕੀਨ ਕੀਤਾ ਇਹਦੇ ਸਾਡਾ ਯਕੀਨ ਤੋੜਿਆ ਵਾ, ਨਾ ਹੋਰ ਨਾ ਕਿਸੇ ਦਾ ਮਾੜਾ ਕਰਨਗੇ, ਸਾਡਾ ਤਾਂ ਕਰਤਾ। ਸਾਡੀ ਤਾਂ ਕੁੜੀ ਖੂਹ 'ਚ ਸੁੱਟ ਦੀ ਕਿਸੇ ਦੀ ਰਵਾਜੂ। ਕਰ ਗੱਲ ਉਹਦੇ ਨਾਲ ਜਾ ਕੇ, ਉਹਨੂੰ ਬੁਲਾ ਨੂੰ ਇੱਥੇ। चंगे भले चंगे भले आ मासी है जी, ਉਹ ਜਿਹਾ ਸਾਡਾ ਮੁੰਡਾ, ਇਹਨੂੰ ਨਹੀਂ ਪਤਾ ਮੇਰੇ ਰਿਸ਼ਤੇਦਾਰ ਕਿੱਦਾਂ ਦੇ ਆ, ਸਾਰਾ ਕਸੂਰ ਜੱਗੀ ਦਾ ਵਾ। ਚੱਲ ਹੁਣ ਬਣੀ ਆ ਗੱਲ। ਨਹੀਂ ਸ਼ਰਨ, ਕਿਹੜੇ ਜਨਮ ਦਾ ਬਦਲਾ ਲਿਆ ਈ, ਜੇ ਕੋਈ ਤੇਰੇ ਢਿੱਡ 'ਚ ਬਿਮਾਰੀ ਚੰਗੀ ਗੱਲ ਹੀ ਸਾਨੂੰ ਦੱਸ ਦਿੰਦੀ, ਕੋਈ ਬਹਿ ਕੇ ਹੱਲ ਕਰ ਲੈਂਦੇ। ਹੁਣ ਕੀ ਹੋਇਆ, ਹੁਣ ਤਾਂ ਕੋਈ ਗੱਲ ਨਹੀਂ ਹੋਈ, ਹੁਣ ਕਦ ਰੋਈ ਜਾਂਦੇ ਜੇ? ਰੋਵਾਂ ਨਾ ਤਾਂ ਹੋਰ ਕੀ ਕਰਾਂ, ਮੇਰੀ ਤਾਂ ਧੀ ਘਰ ਬਿਠਾਲਤੀ ਆ ਨਾ, ਔਂਤਰੇ ਉਂਬਲੀ ਲੱਭ ਦਿੱਤੇ ਮੇਰੀ ਧੀ ਵਾਸਤੇ। ਜੇ ਤੇਰੀ ਮਾਸੀ ਨੂੰ ਪਤਾ ਸੀ ਤਾਂ ਕਿਉਂ ਸਾਨੂੰ ਦੱਸ ਪਾਈ ਸੀ? ਕੌਣ ਉਂਬਲੀ ਤੇ ਕਿਹੜੀ ਕੁੜੀ? ਮੈਨੂੰ ਤਾਂ ਕੋਈ ਸਮਝ ਨਹੀਂ ਲੱਗਿਆ। ਕੌਣ ਉਂਬਲੀ? ਸਾਰੀ ਨਾਨ ਉੱਥੇ ਜਿੱਥੇ ਵਿਆਹੀ ਉਹਨੂੰ ਉੱਥੇ ਹੈ ਹੀ ਕੱਖ ਨਹੀਂ, ਸਾਰਾ ਕੁਝ ਖਾ ਗਿਆ ਹੀ, ਜੋ ਲੱਭਦਾ ਖਾਈ ਜਾਂਦਾ ਨਸ਼ਾ। ਮੰਮੀ ਮੇਰੀ ਗੱਲ ਸੁਣੋ, ਕੁੜੀ ਆਣ ਕੇ ਤੁਹਾਨੂੰ ਮਿਲੀ ਹੈ ਨਾ, ਮੈਨੂੰ ਤਾਂ ਪਤਾ ਨਹੀਂ ਕੀ ਗੱਲ ਹੋਈ ਹੈ ਤੇ ਕੀ ਨਹੀਂ। ਨਾਲੇ ਜਦੋਂ ਤੁਸੀਂ ਵੇਖਿਆ ਸੀ ਨਾ ਸਭ ਕੁਝ, ਉਦੋਂ ਸਾਰਾ ਕੁਝ ਸਹੀ ਸੀ, ਹੁਣ ਤੁਹਾਡੀ ਕੁੜੀ ਕਰਕੇ ਕੁਝ ਖਾਂਦਾ ਹੋਏਗਾ ਤੇ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ, ਠੀਕ ਹੈ ਨਾ? ਬਹੁਤੀ ਮੇਰੇ ਨਾਲ ਜ਼ੁਬਾਨ ਨਾ ਲੜਾ, ਮੈਨੂੰ ਪਤਾ ਆਪਣੀ ਧੀ ਦਾ, ਇੰਨੀ ਸਿਆਣੀ ਮੇਰੀ ਧੀ ਪੜ੍ਹੀ ਲਿਖੀ ਡੋਬ ਕੇ ਰੱਖਦੀ ਹੈ, ਤੇਰੀ ਮਾਸੀ ਦਾ ਹੀ ਕਿਹੜਾ ਮਾੜਾ ਕੀਤਾ ਹੈਗਾ ਜਿਹੜੀ ਮੇਰੀ ਧੀ ਵਾਸਤੇ ਇੱਦਾਂ ਦਾ ਘਰ ਲੱਭਿਆ ਸੀ? ਮੇਰੀ ਮਾਸੀ ਦਾ ਨਾਂ ਨਹੀਂ ਲੈਣਾ, ਜਿਹੜੀ ਗੱਲ ਕਰਨੀ ਮੇਰੇ ਨਾਲ ਕਰੋ। ਉਦੋਂ ਤੁਸੀਂ ਖੁਦ ਕਿਹਾ ਸੀ ਨਾ ਕਿ ਸਾਰਾ ਕੁਝ ਬੜਾ ਵਧੀਆ, ਸਾਨੂੰ ਤਾਂ ਸਾਰਾ ਕੁਝ ਬੜਾ ਵਧੀਆ ਲੱਗਾ ਹੈ। ਤਿੰਨ ਮੰਜ਼ਿਲੀ ਕੋਠੀ ਤੇ ਡੁੱਲ ਗਈ ਸੀ ਉਦੋਂ, ਉਹਨੇ ਕੁਝ ਸੋਚਿਆ ਵੀ ਨਹੀਂ, ਹੁਣ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ, ਠੀਕ ਹੈ ਨਾ ਆਣ ਕੇ? ਨਹੀਂ ਤੈਨੂੰ ਤਾਂ ਉਦੋਂ ਪਤਾ ਸੀ ਨਾ ਫਿਰ ਸਾਰਾ, ਜਿਹੜਾ ਤੂੰ ਇੰਨਾ ਬਹਿਸਣ ਡਈ ਆ। ਹੈ ਮਾਸੀ ਮੇਰੀ ਮੁੰਡਾ ਕਿਉਂ ਲੱਭ ਕੇ ਦਿੱਤਾ? ਮਾਸੀ ਮੇਰੀ ਹੁਣ ਆਉਣ ਜੋਗੀ ਹੈਗੀ ਹੈ ਜਿਹੜੀ ਬਾਰ ਬਾਰ ਆਵੀ, ਇੱਕ ਵਾਰੀ ਤਾਂ ਉਹਨੇ ਰਿਸ਼ਤਾ ਕਰਵਾਤਾ। ਸ਼ਰਨ ਮੈਂ ਤੈਨੂੰ ਆਪਣੀ ਨੂੰਹ ਨਹੀਂ ਸਮਝਦਾ, ਮੈਂ ਤੈਨੂੰ ਆਪਣੀ ਧੀ ਸਮਝਦਾ ਹਾਂ, ਪਰ ਤੂੰ ਸੱਕੀ ਭਰਜਾਈ ਹੋ ਗਈ ਨਾ ਉਹਦੀ, ਤੇ ਉਹ ਕੁੜੀ ਨਾਲ ਮਾੜਾ ਕੰਮ ਕੀਤਾ ਵਾ, ਆ ਚੰਗਾ ਨਹੀਂ ਕੀਤਾ ਤੂੰ ਜੋ ਵੀ ਕੀਤਾ ਵਾ। ਡੈਡੀ ਮੇਰੀ ਗੱਲ ਸੁਣੋ, ਤੁਸੀਂ ਮੇਰੇ ਨਾਲ ਗੱਲ ਨਾ ਕਰੋ, ਜੱਗੀ ਆਉਣਗੇ ਨਾ ਸਾਰੀ ਗੱਲ ਉਹਨਾਂ ਨਾਲ ਕਰਿਓ, ਐਵੇਂ ਮੇਰੇ ਮੂੰਹ 'ਚ ਕੁਝ ਗਲਤ ਨਿਕਲ ਜੇਗਾ, ਫਿਰ ਤੁਸੀਂ ਆਪਣੇ ਮੁੰਡੇ ਨੂੰ ਨਾ 100 ਗੱਲਾਂ ਦੱਸਣੀਆਂ ਬਣਾ ਕੇ। ਇਹਦੇ ਨਾਲ ਨਹੀਂ ਗੱਲ ਕਰਨਾ ਕੋਈ ਫਾਇਦਾ, ਇਹਨੇ ਵੀ ਕਰਤਾ ਜੋ ਕਰਨਾ ਸੀ। ਕਸੂਰ ਤਾਂ ਸਾਡੇ ਮੁੰਡੇ ਦਾ, ਜਿਹਨੂੰ ਆਪਣੀ ਭੈਣ ਦਾ ਮਾਸਾ ਵੀ ਨਹੀਂ ਦੁੱਖ, ਜੇ ਉਹਨੂੰ ਦੁੱਖ ਹੁੰਦਾ ਇੱਕ ਦੋ ਵਾਰੀ ਫੇਰਾ ਮਾਰਦਾ ਅਗਲਿਆਂ ਨੂੰ ਪਤਾ ਲੱਗਦਾ ਨਾ। ਤੁਹਾਡਾ ਤਾਂ ਰਨ ਖਸਮ ਦਾ ਕੋਈ ਕਸੂਰ ਹੀ ਨਹੀਂ ਹੈਗਾ, ਮੈਨੂੰ ਪੁੱਛ ਕੇ ਵੇਖੋ ਜਿਹਦੀ ਧੀ ਘਰ ਬੈਠੀ ਆ। ਮੰਮੀ ਕੀ ਹਰ ਵਾਰੀ ਘਰ ਵਿੱਚ ਕਲੇਸ਼ ਪਈ ਰੱਖਦੇ ਹੋ, ਹੁਣ ਕਿਉਂ ਗਿਆ? ਚੁੱਪ ਕਰਕੇ ਬਹਿ ਗਿਆ ਗੂੰਗਿਆ ਗਿਆ। ਜੇ ਤੈਨੂੰ ਆਪਣੀ ਭੈਣ ਦਾ ਦੁੱਖ ਹੁੰਦਾ ਨਾ ਤਾਂ ਭੈਣ ਦੇ ਘਰ ਜਾਂਦੋ, ਅਗਲਿਆਂ ਨੂੰ ਪਤਾ ਹੁੰਦਾ ਭਰਾ ਭਰਜਾਈ ਆਏ ਨੇ, ਸਹੁਰੇ ਤਾਂ ਹੀ ਪਤਾ ਇਹਨੂੰ, ਉਹਨਾਂ ਨੂੰ ਜੋਗੇ ਰਹਿ ਗਏ ਜੀ। ਉਹ ਹੋਇਆ ਕੀ ਇਹ ਤਾਂ ਦੱਸੋ ਹੁਣ। ਮੇਰੇ ਵੱਲ ਅੱਖਾਂ ਕੱਢੀ ਜਾਂਦਾ, ਇਹਨੂੰ ਪੁੱਛ ਵੀ ਕੀ ਹੋਇਆ ਵਾ, ਲੱਗ ਜੂ ਤੈਨੂੰ ਪਤਾ ਨਾ ਸਾਰਾ ਹੀ। ਜਦ ਹੱਥ ਹੱਥ ਦੱਸੋ ਵੀ ਕੁਝ ਤਾਂ ਫੇਰ ਹੀ ਪਤਾ ਲੱਗੂਗਾ। ਉਹ ਇੱਥੇ ਦੱਸਦੀ ਹਾਂ ਉਹੀ ਗੱਲ ਹੋਣਾ ਕੀ ਹੈ, ਰੁਪਿੰਦਰ ਲੜਕੀ ਕਿਤੇ ਆ ਗਈ ਆ ਤੇ ਕਈ ਜਾਂਦੇ ਨੇ ਕਿ ਮੁੰਡਾ ਨਸ਼ੇ ਕਰਦਾ, ਪਹਿਲਾਂ ਇਹਨਾਂ ਨੇ ਵੇਖਿਆ ਨਹੀਂ ਕਿ ਮੁੰਡਾ ਕੀ ਕਰਦਾ ਤੇ ਕੀ ਨਹੀਂ, ਹੁਣ ਬਹਾਨਾ ਨਵਾਂ ਲੱਭ ਲਿਆ ਆਣ ਕੇ।
ਦੇ ਮਾਸੀ ਦੀ ਕਹਿੰਦੀ ਕਿ ਘਰ ਬਾਰ ਵਧੀਆ ਵਾ ਤਾਂ ਤੁਸੀਂ ਖੁਦ ਵੇਖਿਆ ਸੀ ਮਾੜਾ ਸੀ ਇੱਕ ਵਾਰੀ ਤੇ ਗਏ ਸੀ ਨਾ ਤੁਸੀਂ ਯਾਰ ਮੈਂ ਤੇ ਗਿਆ ਤਾਂ ਮੈਨੂੰ ਤੇ ਬਹੁਤ ਵਧੀਆ ਲੱਗਿਆ ਵਧੀਆ ਜੇ ਇੰਨੀ ਗੱਲ ਹੀ ਤੇ ਟੈਸਟ ਕਰਵਾ ਕੇ ਵੇਖ ਲੈਂਦੇ ਉਹ ਵੀ ਕਰਵਾ ਹੀ ਸਕਦੇ ਸੀ ਨਾ ਹੁਣ ਨਵਾਂ ਇਹ ਸੋਚ ਲਿਆ ਕਿ ਮੁੰਡਾ ਨਸ਼ੇ ਕਰਦਾ ਤੇ ਕੁੜੀ ਆਪ ਲੜਕੀ ਆਈ ਹੋਣੀ ਆਪਣਾ ਦੱਸਿਆ ਨਹੀਂ ਕਿ ਮੈਂ ਲੜਕੀ ਆਈ ਉਹ ਛੱਡ ਮੈਂ ਕਿਹਾ ਗੱਲ ਡਿਆ ਸੋਚਣਾ ਜੇ ਸੱਚੀ ਕਿਦੋਂ ਨਸ਼ੇ ਕਰਦਾ ਹੋਵੇ ਫਿਰ ਤੇ ਮੇਰੀ ਭੈਣ ਦੀ ਜ਼ਿੰਦਗੀ ਸਾਰੀ ਖਰਾਬ ਹੋ ਗਈ ਨਾ ਜੱਗੀ ਤੁਸੀਂ ਵੀ ਏਡੇ ਭੋਲੇ ਜੇ ਨਾ ਰਪਿੰਦਰ ਨੇ ਕਦੇ ਇੱਥੇ ਕੰਮ ਨੂੰ ਹੱਥ ਨਹੀਂ ਲਾਇਆ ਹੁਣ ਆਈ ਹੈ ਸੱਸ ਦੇ ਹੱਥ ਤੇ ਸੱਸ ਕਹਿੰਦੀ ਹੋਣੀ ਹੈ ਲੜਦੀ ਹੋਣੀ ਹੈ ਕੀ ਫਿਰ ਕੀ ਕੰਮ ਨੂੰ ਹੱਥ ਨਹੀਂ ਲਾਉਂਦੀ ਹੋਣੀ ਤੇ ਸੱਸਾਂ ਥੋੜਾ ਇਹ ਗੱਲ ਬਰਦਾਸ਼ਤ ਕਰਦੀਆਂ ਨੇ ਸਾਰੀਆਂ ਮੇਰੇ ਵਾਂਗੂ ਥੋੜਾ ਜੱਗੀ ਕੰਮ ਕਰੀ ਜਾਣ ਆਹੋ ਸ਼ਾਨ ਇਹ ਤੇ ਤੇਰੀ ਗੱਲ ਸਹੀ ਹੈ ਚੱਲ ਤੁਸੀਂ ਬਾਅਦ ਵਿੱਚ ਮੈਂ ਰਪਿੰਦਰ ਨੂੰ ਮਿਲ ਕੇ ਆਵਾਂ ਰਪਿੰਦਰ ਨੂੰ ਬਾਅਦ ਚ ਮਿਲਿਓ ਤੁਹਾਨੂੰ ਪਤਾ ਹੋਰ ਕੀ ਕਹਿੰਦੇ ਨੇ ਕਿ ਮਾਸੀ ਨੂੰ ਫੋਨ ਕਰ ਤੇ ਉਹਨੂੰ ਸੱਦ ਤੇ ਮਾਸੀ ਨੂੰ ਇਹਨਾਂ ਨੇ ਕੀ ਕਹਿਣਾ ਉਹ ਤਾਂ ਵਿਚਾਰੀ ਆਉਣ ਜੋਗੀ ਹੈਗੀ ਹੈ ਉਹਦਾ ਨਾਂ ਲਾਉਂਦੇ ਨੇ ਉਹ ਜਿਹੜੇ ਇਹਦੇ ਵਿੱਚ ਮਾਸੀ ਦਾ ਕੀ ਕਸੂਰ ਆ ਉਹੀ ਨਾ ਨਾਲੇ ਤੇ ਕਿਸੇ ਦਾ ਘਰ ਵਸਾਈਏ ਤੇ ਨਾਲੇ ਕਿਸੇ ਕੋ ਗੱਲਾਂ ਕਰਵਾਈਏ ਇਹ ਹਾਲ ਜੇ ਹੁਣ ਸਾਡਾ ਮਾਸੀ ਦਾ ਤੇ ਭਣੇਵੀ ਦਾ ਉਹ ਚੱਲ ਜੇ ਤੈਨੂੰ ਫੋਨ ਕਰਨ ਨੂੰ ਕਹਿਣਗੇ ਨਾ ਆ ਵੀ ਫੋਨ ਫਾਣਾ ਕਰੇ ਠੀਕ ਆ ਜੱਗੀ ਮੈਂ ਤੇ ਪਹਿਲਾਂ ਹੀ ਸੋਚਿਆ ਸੀ ਮਾਸੀ ਨੂੰ ਫੋਨ ਨਹੀਂ ਕਰਨਾ ਉਹਨੇ ਤੇ ਮੇਰੀ ਬੇਇੱਜ਼ਤੀ ਕਰਨੀ ਹੈ ਤੇ ਤੇਰਾ ਟੱਬਰ ਕਿੱਦਾਂ ਦਾ ਵਾ ਤੁਹਾਨੂੰ ਪਤਾ ਤੁਹਾਨੂੰ ਵੀ ਗੱਲਾਂ ਕਰੇਗੀ ਕਿ ਮੁੰਡਾ ਵੀ ਕਿੱਦਾਂ ਦਾ ਇੱਕ ਵਾਰੀ ਨਹੀਂ ਸੋਚਿਆ ਤੇ ਮੇਰਾ ਨਾਮ ਲਾਤਾ ਇਹਨਾਂ ਨੇ ਕਿਨੂੰ ਸਾਰੇ ਹੀ ਪਤਾ ਸੀ ਉਹ ਚੱਲ ਛੱਡ ਪਰਿਆ ਹੋਈ ਜੇ ਖਬਰ ਚੱਲ ਬੈਠ ਮੈਂ ਰਪਿੰਦਰ ਨੂੰ ਮਿਲ ਕੇ ਲਿਆਵਾਂ ਰਪਿੰਦਰ ਨੂੰ ਕੀ ਮਿਲਣਾ ਜੇ ਉਹ ਤਾਂ ਇੱਥੋਂ ਤੱਕ ਆਈ ਨਹੀਂ ਮਾਂ ਦੇ ਗੱਲ ਲਾ ਕੇ ਰੋਈ ਜਾਂਦੀ ਹੈ ਕਸੂਰ ਵੀ ਆਪਣਾ ਤੇ ਸੱਚੀ ਵੀ ਹੋਈ ਜਾਂਦੀ ਹੈ ਉਹ ਚੱਲ ਦਿਲ 'ਚ ਕੋਈ ਦੁੱਖ ਹੋਣਾ ਵਾ ਮੈਂ ਵੀ ਤਾਂ ਸੁਣਾ ਸਹੀ ਮੈਂ ਵੀ ਤਾਂ ਚੱਲ ਸੁਣ ਲਓ ਤੁਸੀਂ ਵੀ ਰਹਿ ਨਾ ਜਾਇਓ ਕਿੱਦਾਂ ਇਹਨਾਂ ਨੂੰ ਭੈਣ ਦਾ ਹੇਜ ਆਉਂਦੇ ਆ ਚੱਲ ਛੱਡ ਛੱਡ ਮਾਸੀ ਨੂੰ ਫੋਨ ਲਾਉਂਦੀ ਆ ਕਹਿੰਦੀ ਆ ਕਿ ਫੋਨ ਕਰਨਗੇ ਨਾ ਤਾਂ ਤੁਸੀਂ ਇੱਥੇ ਨਹੀਂ ਆਉਣਾ ਹੈਲੋ ਸਤਿ ਸ਼੍ਰੀ ਅਕਾਲ ਮਾਸੀ ਜੀ ਮੇਰੀ ਗੱਲ ਸੁਣੋ ਵੀ ਜੇ ਸਾਡੇ ਘਰੋਂ ਤੁਹਾਨੂੰ ਕਿਸੇ ਦਾ ਫੋਨ ਆਵੇ ਨਾ ਤਾਂ ਤੁਸੀਂ ਚੁੱਕਣਾ ਨਹੀਂ ਹੈਗਾ ਭਾਈ ਮੈਂ ਹੀ ਕਿਉਂ ਨਾ ਕਰਾਂ ਹੋਇਆ ਤੁਹਾਨੂੰ ਪਤਾ ਹੀ ਹੈ ਹਾਂਜੀ ਪਤਾ ਨਹੀਂ ਉੱਥੋਂ ਲੜ ਲੁੜ ਕੇ ਆ ਗਈ ਹੈ ਅਤੇ ਕੀ ਹੋਇਆ ਅਤੇ ਕੀ ਨਹੀਂ ਇਹ ਚੀਜ਼ ਦਾ ਤਾਂ ਮੈਨੂੰ ਪਤਾ ਨਹੀਂ ਅਤੇ ਨਾ ਸਾਰਾ ਤੁਹਾਡਾ ਲਾਉਂਦੇ ਨੇ ਅਤੇ ਤੁਸੀਂ ਫੋਨ ਨਹੀਂ ਇਹਨਾਂ ਦਾ ਚੁੱਕਣਾ ਕਿਉਂਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਇਹਨਾਂ ਦੀਆਂ ਗੱਲਾਂ ਸੁਣਨ ਨੂੰ ਹਾਂਜੀ ਹਾਂਜੀ ਨਹੀਂ ਬੰਦ ਨਾ ਕਰਿਓ ਫੋਨ ਕੋਈ ਗੱਲ ਨਹੀਂ ਇੰਨਾ ਵੀ ਨਹੀਂ ਡਰ ਪਿਆ ਇਹਨਾਂ ਦਾ ਪਰ ਚੁੱਕੇ ਹੋਣਾ ਤੁਸੀਂ ਹਾਂਜੀ ਮੇਰਾ ਵੀ ਆਏਗਾ ਤੁਸੀਂ ਤਾਂ ਵੀ ਨਹੀਂ ਚੁੱਕਣਾ ਚਲੋ ਠੀਕ ਹੈ ਫਿਰ ਇੱਦਾਂ ਹੀ ਹੋਣਾ ਚਾਹੀਦਾ ਜੀ ਹਾਂਜੀ ਹਾਂਜੀ ਮੈਂ ਤਾਂ ਬੜੀ ਖੁਸ਼ ਹਾਂ 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 ਕੋਈ ਨਹੀਂ ਵਿਹਲੇ ਟਾਈਮ ਕਰਾਂਗੇ ਗੱਲਾਂ ਠੀਕ ਹੈ ਠੀਕ ਚਲੋ ਠੀਕ ਹੈ ਭਾਈ ਚਲੋ ਮਾਸੀ ਨੂੰ ਤਾਂ ਮੈਂ ਕਹਿਤਾ ਮਾਸੀ ਨਹੀਂ ਚੁੱਕਦੀ ਹੁਣ ਇੰਨੀ ਟੈਨਸ਼ਨ ਨਾ ਲੈ ਮੇਰਾ ਪੁੱਤ ਚੱਲ ਇੱਥੇ ਬਹਿ ਕੇ ਗੱਲਬਾਤ ਕਰਨੀ ਹੈ ਕੋਈ ਨਹੀਂ ਪੁੱਤ ਤੂੰ ਨਾ ਹੁਣ ਇੰਨਾ ਫਿਕਰ ਨਾ ਕਰ ਜੋ ਹੁਣ ਹੋ ਗਿਆ ਕੀ ਕਰਨਾ ਫਿਰ ਹੈ ਚੜਿਆ ਮੈਂ ਕਿੱਡਿਆ ਸੁਣ ਸੁਣ ਕਿੱਡਿਆ ਤੇਰੇ ਰਿਸ਼ਤੇਦਾਰ ਲੈ ਕੇ ਬਹਿ ਗਏ ਨਾ ਤੂੰ ਪੁੱਤ ਚੰਗੀ ਤਰ੍ਹਾਂ ਪਤਾ ਕੀਤਾ ਨਾ ਗੱਲ ਨਾ ਬਾਤ ਜਿਹੜੀ ਪਤਾ ਮੈਨੂੰ ਹੁਣ ਲੱਗਾ ਤਾਂ ਪਤਾ ਮੈਂ ਕਰਨਾ ਮੈਨੂੰ ਕੋਈ ਗੱਲ ਦੱਸੀ ਵੀ ਜੇ ਹੁਣੇ ਤੈਨੂੰ ਪਤਾ ਲੱਗਣਾ ਸੀ ਜਦੋਂ ਤੂੰ ਪਹਿਲਾਂ ਪੁੱਛ ਗਿਛ ਹੀ ਨਹੀਂ ਕੀਤੀ ਅਸੀਂ ਤਾਂ ਸੋਚਿਆ ਵੀ ਤੁਹਾਡੇ ਰਿਸ਼ਤੇਦਾਰ ਆ ਅਸੀਂ ਯਕੀਨ ਕਰਕੇ ਫਸ ਗਏ ਤੁਸੀਂ ਪਤਾ ਹੀ ਨਹੀਂ ਕੀਤਾ ਕਿਸੇ ਗੱਲ ਦਾ ਰੁਪਿੰਦਰ ਕੀ ਗੱਲ ਕੀ ਦੱਸਦੇ ਜੇ ਕੁਛ ਨਹੀਂ ਵੀਰ ਜੀ ਕੁਛ ਨਹੀਂ ਰਿਹਾ ਹੁਣ ਡੈਡੀ ਕੀ ਗੱਲ ਹੋਈ ਰੁਪਿੰਦਰ ਕਿਉਂ ਰੋਂਦੀ ਆ ਗੱਲ ਕਾਹਦੀ ਹੋਣੀ ਆ ਪੁੱਤ ਸਾਰਾ ਕੰਮ ਹੀ ਖਰਾਬ ਹੋ ਗਿਆ ਉਹ ਮੁੰਡਾ ਜਿਹੜਾ ਲੱਭਾ ਵਾ ਡੈਡੀ ਇੰਨਾ ਕੁ ਹੋ ਗਿਆ ਨਾਲੇ ਪਿੱਤਰ ਤੂੰ ਦੱਸਿਆ ਕਿਉਂ ਨੀ ਸਾਨੂੰ ਤੁਸੀਂ ਇਦਾਂ ਕਰੋ ਤਿਆਰ ਹੋ ਤੇ ਉਹਨਾਂ ਨੂੰ ਪੁੱਛ ਕੇ ਆਉਂਦੇ ਆ ਉਹਨਾਂ ਦੀ ਹਿੰਮਤ ਕਿੱਦਾਂ ਹੋਈ ਗੱਲ ਸਹੀ ਜੋਬਾ ਤੇਰੀ ਚਲੋ ਡੈਡੀ ਚੱਲੀਏ ਆਪਾਂ ਉਹ ਜੱਗੀ ਤੂੰ ਤਾਂ ਰਹਿ ਨਹੀਂ ਦੇ ਨਾਲ ਜਾਣਾ ਤੂੰ ਤੂੰ ਸਾਰਾ ਹੱਕ ਗਵਾ ਲਿਆ ਵਾ ਭਰਾ ਹੋਣ ਦਾ ਜੇ ਤੈਨੂੰ ਇੰਨਾ ਦੁੱਖ ਹੁੰਦਾ ਤੇ ਤੂੰ ਸੋਚ ਦੋ ਨਾ ਕੁਛ ਉਹ ਤੂੰ ਤਾਂ ਭੈਣ ਭਰਾਵਾਂ ਦਾ ਬਣਿਆ ਹੀ ਨਹੀਂ ਹੈ ਉਹਦੇ ਆਖੇ ਲਾ ਕੇ ਸ਼ਰਨ ਦੇ ਮਿੰਟੋ ਮਿੰਟੀ ਤੂੰ ਵੱਖ ਹੋ ਗਿਆ ਵਾ ਤੇਰੇ ਤੇ ਕਰ ਯਕੀਨ ਕਰੀਏ ਤੂੰ ਜਾ ਤੂੰ ਆਪਣੀ ਜ਼ਿੰਦਗੀ ਵਧੀਆ ਕੱਟ ਸਾਡੇ ਨਾਲ ਜੋ ਹੋਊ ਅਸੀਂ ਭੁਗਤਾਂਗੇ ਸਾਰੇ ਜਾਣੇ ਕਰ ਲਾਂਗੇ ਅਸੀਂ ਆਪੇ ਜੋ ਹੋਊ ਹੁਣ ਸਾਡੇ ਕੋਲੋਂ ਜੋਬਣਾ ਇੰਨਾ ਕਾਲਾ ਨਾ ਪਿਆ ਇੱਦਾਂ ਗੱਲ ਨਹੀਂ ਕਿ ਬਣਨੀ ਇਹਦਾ ਹੁਣ ਕੋਈ ਹਿਸਾਬ ਕਿਤਾਬ ਲਾਉਣਾ ਪੈਣਾ ਵੀ ਅੱਗੇ ਕੰਮ ਕਿੱਦਾਂ ਚੱਲੂਗਾ ਤੁਸੀਂ ਜਾਣਾ ਵਾ ਤੇ ਚੱਲੋ ਤੇ ਜੇ ਨਹੀਂ ਨਾ ਜਾਣਾ ਤੇ ਮੈਂ ਇਕੱਲਾ ਹੋਣਾ ਵਾ ਇਹਦਾ ਘਰ ਥੋੜੀ ਬਰਬਾਦ ਕਰਨਾ ਹੁਣ ਆਪਾਂ ਉੱਥੇ ਜਾ ਕੇ ਵੀ ਕੀ ਕਰੀਏ ਰੁਪਿੰਦਰਾਂ ਦੀ ਜਿਹੜਾ ਮੇਰਾ ਸੱਸ ਸਹੁਰਾ ਵਾ ਨਾ ਉਹ ਤੇ ਬੜਾ ਉਹਦੇ ਨਾਲ ਲੜਦੇ ਰਹਿੰਦੇ ਆ ਉਹਨੂੰ ਸਮਝਾਉਂਦੇ ਆ ਪਰ ਉਹ ਉਹਨਾਂ ਦੇ ਵੀ ਨਹੀਂ ਮੰਨਦਾ ਇਹ ਆ ਵੀ ਉਹਨਾਂ ਦੀ ਇਹ ਗਲਤੀ ਆ ਵੀ ਜੇ ਉਹਨਾਂ ਦਾ ਮੁੰਡਾ ਨਸ਼ੇ ਕਰਦਾ ਸੀ ਤਾਂ ਉਹਨਾਂ ਨੂੰ ਵਿਆਹ ਕਰਨ ਦੀ ਕੀ ਲੋੜ ਸੀ
अपना घर तो उन्होंने बर्बाद होया होया ही नाल सानू भी लै बैठे है। बाकी हम तुम वेख लो जिदा करना, मैं तो कोई समझ नहीं आन डे भी की करिए। नहीं डैडी तुम मेरी गल मनो, उठो तो चलिए उन्होंने गल करके आइए, अं कड़ी माड़ी चंकी करनी कोई, चल इदा कर ला फिर आओगा उठो तो चलिए। मेरी गल सुन। दसो। मैं फिर मैं तो जोबन चलिया रुपिंदर जरा सहरिया तो होके आने। चल तू उ की करना वा, अं कोई गल बात करके आने दो जने। रिश्तेदार जलूस निकल जाना वा अजे तो इना चंगा भी घर ही है, जो तलाक तक पहुंच गई ना तो बड़ा औखा हो जाना। सही गल वा मनजिंदर, गल कर मगर की बच गया वा हुण है, हुण मां दा चेता आ गया तेनू। मम्मी मैं तेरे गल करनी है, सब कुछ जाड़ के तो हूं होश आई है तेन, है ना। मैं नहीं सुननी तेरी कोई भी गल, भज जा इतों। उदो तो सू झाड़ झाड़ मारता है भी चल जाओ इतों, मर जाओ सारा टब्बर, मैनू कोई परवाह नहीं, तो हूं चेता आ गया भी मां भी हैगी। मम्मी डैडी तुम मेरे नाल चलो, उन्होंने पिंडो हो गया है तो मैं माफी मांग लूंगा। मेरी गल सुन, तू जान जोगा छड़िया उत्थे किसे नूं, किहड़ा मूंह लै के जावांगे भी जिहड़े काम आए इत्थे। चलो भी सही तुसीं करना है, आ ना खेखण ना कर साडे नाल, जद दफा हो जाके राष्ट्रपति बनया जोड़न का फायदा वा, उदो तो कहना जो मैं मैं ही मैं। नहीं मेरी गल सुन, जेदे घड़ी हाथ जोड़ने चाहिए ही उदों धक्के मार मार के घरों बाहर कढ़िया, शर्म तो नहीं आती तेनू हुण, उत्थे चलो मेरे नाल। चलो गलती हो गई, मैं कहूं मेरे नाल करी ते चलो लियाइए सही है ना। आ वे आपां नहीं जाणा छित्तर नहीं खाणे जाके उत्थे, सुणीए गल, ओह वी कहदी धी आ। फोन वी नहीं चुक्कण दी मेरा, उहने कित्थों फोन चुकणा, तेरा ही फोन चुकणा अमलिया उहने। काम वी बड़े सवाद दे कीते आ ना, इहदा फोन चुक्के ओह नक डोक के मर जांगे। मर जाणा तेनू रिश्ता कित्थे हुंदा सीगा, झूठ झाठ बोल के रिश्ता कराया, ते जिन्नी चंगी ओह कुड़ी सी ना जबान ਉਹ ਅੱਗੇ ਹੀ ਪ੍ਰਧਾਨ ਹੈ, ਉਹਦੀ ਤਾਂ ਮੰਨੀ ਜਾਂਦੀ ਸਾਰੀ, ਤੁਹਾਨੂੰ ਤਾਂ ਕੋਈ ਪੁੱਛਦਾ ਵੀ ਨਹੀਂ ਹੈਗਾ। ਚਲ ਤੂੰ ਤਾਂ ਪੁੱਛਣੀ ਹੈ ਨਾ,